ਆਪਣੇ ਅੰਮੀ ਦੀ ਸ਼ਾਨ ਬਿਆਨ ਕੀਤੀ। ਇੱਕ 7 ਸਾਲ ਦਾ ਬੱਚਾ, ਕੋਈ 8 ਸਾਲ ਦਾ ਬੱਚਾ, ਕੋਈ 10 ਸਾਲ ਦਾ ਬੱਚਾ ਆਂਦਾ, ਹਜ਼ਰਤ ਜੀ ਮਾਂ ਦੀ ਸ਼ਾਨ ਸਾਨੂੰ ਨਹੀਂ ਚੰਗੀ ਲੱਗਦੀ, ਖਬਰਦਾਰ ਇਹ ਨਾ ਬਿਆਨ ਕਰੋ। ਮੈਂ ਕਿਹਾ ਪੁੱਤਰ ਮਾਵਾਂ ਤੇ ਠੰਡੀਆਂ ਛਾਵਾਂ ਹੁੰਦੀਆਂ ਨੇ। ਆਂਦਾ ਸਾਡੀ ਮਾਂ ਕੋਈ ਠੰਡੀ ਛਾਂ ਨਹੀਂ, ਉਹ ਡਾਇਨ ਹੈ। ਉਹਨੇ ਬੁਰੇ ਲਫ਼ਜ਼ ਇਸਤੇਮਾਲ ਕੀਤੇ। ਮੈਂ ਕਿਹਾ ਪੁੱਤਰ ਸਾਰੀਆਂ ਮਾਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਬੇਟਾ ਕਿਆ ਬਾਤ ਹੈ, ਰੋ ਕੇ ਹਜ਼ਰਾਤ 7-8 ਸਾਲ ਦਾ ਬੱਚਾ, ਖੁਦਾ ਦੀ ਕਸਮ ਸਫੈਦ ਕੱਪੜੇ ਪਹਿਨੇ, ਸਰ ਦੇ ਉੱਪਰ ਉਹਨੇ 40 ਵਾਲੀ ਸਫੈਦ ਟੋਪੀ ਲਈ, ਰੋ ਕੇ ਆਂਦਾ ਹਜ਼ਰਤ ਜੀ 6 ਭੈਣ ਭਾਈਆਂ, ਸਾਡੀ ਮਾਂ ਇਸ ਉਮਰ ਦੇ ਅੰਦਰ ਸਾਨੂੰ ਛੋੜ ਕੇ ਆਸ਼ਨਾ ਦੇ ਨਾਲ ਨਸ ਗਈ ਹੈ, ਦੌੜ ਗਈ ਹੈ। ਜਿਸ ਆਸ਼ਨਾ ਦੇ ਨਾਲ ਦੌੜੀ, ਕੁਦਰਤੀ ਬਾਤ, ਮੈਂ ਗੁਫ਼ਤਗੂ ਕਰ ਰਿਹਾ, ਇੱਕ ਜਨਾਜ਼ਾ ਗੁਜ਼ਰਿਆ ਸਾਹਮਣੇ, ਲੋਕ ਆਉਂਦੇ ਨੇ ਹਜ਼ਰਤ ਜੀ ਇਹ ਉਹ ਜਨਾਜ਼ਾ ਹੈ ਕਿ ਫਲਾ ਇਹ ਬੱਚੀਆਂ ਦੀ ਮਾਂ ਇਹਦੇ ਨਾਲ ਦੌੜ ਗਈ ਅਤੇ ਇਹਦੀ ਅੰਮੀ ਨੇ ਤਾਨੇ ਬਰਾਦਰੀ ਨੇ ਦਿੱਤੇ। ਉਸ ਮਹੀਨੇ ਬਾਅਦ ਉਸ ਮੁੰਡੇ ਨੇ ਵੀ ਜ਼ਹਿਰ ਦੀਆਂ ਗੋਲੀਆਂ ਖਾ ਲਈਆਂ। ਉਹ ਔਰਤ ਨਾ ਇੱਧਰ ਦੀ ਰਹੀ ਨਾ ਉੱਧਰ ਦੀ, ਖੁਦਾ ਦੀ ਕਸਮ ਇੰਜ ਦੀਆਂ ਔਰਤਾਂ ਨੇਕ ਨਹੀਂ ਜੇ ਹੁੰਦੀ।